ਪਹਿਲੀ ਵਾਰ ਇਹ ਕਿਸੇ ਇੰਡੀਅਨ ਫਿਲਮ ਦੇ ਵਿੱਚ ਸਰਦਾਰ ਨੂੰ ਚੰਗਾ ਤੇ ਹੀਰੋ ਦਾ ਰੋਲ ਦਿੱਤਾ ਗਿਆ ਵੈ ਜਿਹਦੇ ਵਿੱਚ ਸਰਦਾਰ ਨੂੰ ਹੀਰੋ ਦਿਖਾਇਆ ਗਿਆ ਵੈ ਤੇ ਇਸ ਗੱਲ ਦੀ ਤਕਲੀਫ ਪੂਰੇ ਇੰਡੀਆ ਨੂੰ ਹੋ ਰਹੀ ਹੈ ਹਰ ਬੰਦਾ ਇਹ ਹੀ ਕਹਿ ਰਿਹਾ ਵੈ ਕਿ ਫਿਲਮ ਨੂੰ ਬੈਨ ਕੀਤਾ ਜਾਵੇ ਕਿਉਂ ਬੈਨ ਕੀਤਾ ਜਾਵੇ ਕਿਉਂਕਿ ਇਹ ਸਰਦਾਰ ਹੀਰੋ ਹੈ ਅੱਜ ਅਸੀਂ ਇਸ ਫਿਲਮ ਦੇ ਬਾਰੇ ਗੱਲਬਾਤ ਕਰਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਪਿੱਛੇ ਫੋਟੋ ਵੇਖ ਰਹੇ ਹੋ ਇਹ ਆਉਣ ਵਾਲੀ 11 ਤਰੀਕ ਨੂੰ ਜਿਹੜੀ ਲਾਲ ਸਿੰਘ ਚੱਡਾ ਫਿਲਮ ਆ ਰਹੀ ਹੈ ਅਮੀਰ ਖਾਨ ਦੀ ਉਸ ਦੀ ਹੈ ਦੋ ਦਿਨ ਤੋਂ ਦੇਖ ਰਹੇ ਆਂ ਸੋਸ਼ਲ ਮੀਡੀਆ ਤੇ ਇੱਕ ਟ੍ਰੈਂਡ ਚੱਲ ਰਿਹਾ ਹੈ ਕਿ ਲਾਲ ਸਿੰਘ ਚੱਡਾ ਫਿਲਮ ਦਾ ਬਾਈਕਾਟ ਕੀਤਾ ਜਾਏ ਖਾਸ ਕਰਕੇ ਮੇਰੀ ਅੱਜ ਦੀ ਵੀਡੀਓ ਉਹ ਆਪਣੇ ਸਿੱਖ ਵੀਰਾਂ ਵਾਸਤੇ ਉਹ ਗੁਰੂ ਨਾਨਕ ਨਾਮ ਲੈਵਾ ਸੰਗਤ ਵਾਸਤੇ ਜਿਹੜੀ ਸੇਖਾ ਸੰਗਤ ਨੂੰ ਸਿੱਖੀ ਨਾਲ ਪਿਆਰ ਕਰਦੀ ਹੈ ਉਹ ਕਿਸੇ ਵੀ ਧਰਮ ਤੋਂ ਹੋਏ ਸਿੱਖੀ ਨਾਲ ਪਿਆਰ ਕਰਨ ਵਾਲਿਆਂ ਵਾਸਤੇ ਅੱਜ ਦੀ ਵੀਡੀਓ ਮੈਂ ਪਾ ਰਿਹਾ ਤੁਸੀਂ ਪਿੱਛੇ ਫੋਟੋ ਜਿਹੜੀ ਵੇਖ ਰਹੇ ਹੋ ਤੁਹਾਨੂੰ ਵੇਖਣ ਤੋਂ ਹੀ ਪਤਾ ਲੱਗ ਜਾਏਗਾ ਜਿਸ ਤਰ੍ਹਾਂ ਕਿ ਇੱਕ ਸਾਬਤ ਸੂਰਤ ਸਿੰਘ ਹੁੰਦਾ ਅਮੀਰ ਖਾਨ ਦੀ ਇੱਕ ਖਾਸੀਅਤ ਹੈ ਉਹ ਜਦੋਂ ਵੀ ਕੋਈ ਰੋਲ ਕਰਦਾ ਜਦੋਂ ਵੀ ਕੋਈ ਫਿਲਮ ਕਰਦਾ ਤੇ ਉਹਦੇ ਕੈਰੈਕਟਰ ਦੇ ਵਿੱਚ ਤੱਕ ਵੜ ਜਾਂਦਾ ਹੈ। ਗਹਿਰਾਈ ਤੱਕ ਜਾਂਦਾ ਹੈ ਉਸ ਨੂੰ ਸਮਝਦਾ ਹੈ ਉਹਦੇ ਕੈਰੈਕਟਰ ਨੂੰ ਇੱਕ ਇੱਕ ਰੋਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਵਾਕਈ ਅਗਰ ਮੈਂ ਇਸ ਰੋਲ ਨੂੰ ਕਰਨ ਜਾ ਰਿਹਾ ਤੇ ਉਸ ਰੋਲ ਦੇ ਵਿੱਚ ਵੜ ਕੇ ਮੈਨੂੰ ਇਹ ਪਤਾ ਲੱਗੇ ਕਿ ਇਸ ਰੋਲ ਦਾ ਜੀਵਨ ਕਿਸਾ ਦਾ ਸੀ। ਜਿਹੜੇ ਮੇਰੇ ਵੀਰ ਸਿੱਖ ਵੀਰ ਖਾਸ ਕਰਕੇ ਕਹਾਂਗਾ ਜਿਹੜੇ ਰੋਜ਼ ਪੱਗ ਸ਼ੀਸ਼ੇ ਅੱਗੇ ਦੇ ਖੜੇ ਹੋ ਕੇ ਬੰਦੇ ਨੇ। ਪਿੱਛੇ ਤੁਸੀਂ ਫੋਟੋ ਵੇਖ ਰਹੇ ਹੋ ਅੱਜ ਜਿਹੜੀ ਆ ਫੋਟੋ ਵਿੱਚ ਅਮੀਰ ਖਾਨ ਪੱਗ ਬੰਦਾ ਨਜ਼ਰ ਆ ਰਿਹਾ ਤੁਸੀਂ ਕਰੈਕਟਰ ਦੇ ਵਿੱਚ ਵੜਨ ਦਾ ਤਰੀਕਾ ਵੇਖੋ ਕਿ ਸੇੇ ਮੂਸੇ ਤਰੀਕੇ ਨਾਲ ਹਰ ਸਿੱਖ ਪੱਗ ਸਵੇਰੇ ਸ਼ੀਸ਼ੇ ਅੱਗੇ ਇਸ ਤਰ੍ਹਾਂ ਬੰਦਾ ਉਹਦਾ ਪੱਗ ਬੰਨਣ ਦਾ ਢੰਗ ਇਸ ਤਰ੍ਹਾਂ ਹੀ ਹੋਵੇਗਾ ਇਹਨੂੰ ਕਹਿੰਦੇ ਨੇ ਕਰੈਕਟਰ ਜਿਹੜੀਆਂ ਫਿਲਮਾਂ ਅਕਸ਼ੇ ਕੁਮਾਰ ਬਣਾਉਂਦਾ ਜਾਂ ਜਿਹੜੇ ਵੀ ਐਕਟਰ ਫਿਲਮਾਂ ਦੇ ਆਂਦੇ ਰਹੇ ਨੇ ਜਿਨ੍ਹਾਂ ਨੇ ਸਿੱਖੀ ਸਰੂਪ ਨੂੰ ਸਿਰਫ ਆਪਣੀ ਪ੍ਰਮੋਸ਼ਨ ਵਾਸਤੇ ਇਸਤੇਮਾਲ ਕੀਤਾ ਨਕਲੀ ਦਾੜੀਆਂ ਲਗਾ ਕੇ ਉਸ ਤੋਂ ਬਾਅਦ ਫਿਲਮਾਂ ਵਿੱਚ ਉਤਰਦੇ ਨੇ ਸਿੱਖੀ ਦਾ ਮਜ਼ਾਕ ਬਣਾ ਕੇ ਰੱਖਿਆ ਹੁੰਦਾ ਹੈ ਸਿੱਖਾਂ ਨੂੰ ਇੱਕ ਜੋਕ ਦੇ ਟਾਈਪ ਮਜ਼ਾਕੀਆ ਤੌਰ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਉਹ ਫਿਲਮਾਂ ਕਿਸ ਤਰ੍ਹਾਂ ਹਿੱਟ ਹੁੰਦੀਆਂ ਹਿੱਟ ਕਰਨ ਵਾਲੇ ਕੌਣ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਔਰ ਉਹੀ ਲੋਕ ਜਿਹੜੇ ਲੋਗ ਸਿੱਖਾਂ ਦਾ ਮਜ਼ਾਕ ਅਡਾਨ ਵਾਸਤੇ ਫਿਲਮਾਂ ਨੂੰ ਹਟ ਕਰਦੇ ਨੇ ਅੱਜ ਉਹੀ ਲੋਗ ਅਮੀਰ ਖਾਨ ਦੀ ਇਸ ਫਿਲਮ ਨੂੰ ਬਾਈਕਾਟ ਕਰਨ ਵਾਸਤੇ ਕਹਿ ਰਹੇ ਨੇ ਬਿਲਕੁਲ ਇੱਥੋਂ ਤੱਕ ਮੈਂ ਹੈਰਾਨ ਹੋ ਗਿਆ ਕੱਲ ਇੱਕ ਵੀਡੀਓ ਵੇਖ ਕੇ ਸਾਬਤ ਸੂਰਤ ਸਿੱਖ ਸਿੱਖੀ ਸਰੂਪ ਦੇ ਵਿੱਚ ਜਿੰਨੂ ਕੀ ਸਿੱਖਾਂ ਨੇ ਉਹਦੀ ਸੇਵਾ ਵੇਖ ਕੇ ਆਸਮਾਨ ਤੇ ਚੁੱਕ ਦਿੱਤਾ ਉਹ ਵੀ ਇੱਕ ਵੀਡੀਓ ਬਣਾ ਕੇ ਪਾਉਂਦਾ ਪਿਆ ਕਿ ਅਮੀਰ ਖਾਨ ਦੀ ਫਿਲਮ ਦਾ ਬਾਈਕਾਟ ਕੀਤਾ ਜਾਵੇ ਉਹ ਭਾਈ ਜਿੰਨੂੰ ਆਪਣੇ ਧਰਮ ਦੇ ਬਾਰੇ ਗਿਆਨ ਨਹੀਂ ਜਿੰਨੂੰ ਆਪਣੀ ਸਿੱਖੀ ਦੀ ਪਛਾਣ ਨਹੀਂ ਅੱਜ ਉਹ ਵੀ ਵੀਡੀਓ ਬਣਾ ਕੇ ਕਹਿ ਰਿਹਾ ਕਿ ਅਮੀਰ ਖਾਨ ਦੀ ਲਾਲ ਸਿੰਘ ਚੱਡਾ ਫਿਲਮ ਦਾ ਬਾਈਕਾਟ ਕੀਤਾ ਜਾਵੇ ਕਿਉਂ ਕੀਤਾ ਜਾਵੇ ਕਾਰਨ ਦੱਸੋ ਕਾਰਨ ਨਹੀਂ ਹੈ ਕਾਰਨ ਸਿਰਫ ਇੱਕੋ ਹੀ ਇਹ ਕਿ ਜਿਹੜੇ ਲੋਕਾਂ ਨੂੰ ਸਿੱਖੀ برداشت ਨਹੀਂ ਜਿਹੜੇ ਲੋਕਾਂ ਨੂੰ ਸਿੱਖੀ ਸਰੂਪ ਪਸੰਦ ਨਹੀਂ ਉਹ ਲੋਕ ਬਾਈਕਾਟ ਕਰਨ ਦੀ ਗੱਲ ਕਰਦੇ ਪਏ ਨੇ ਉਹ ਲੋਕ ਕਹਿ ਰਹੇ ਨੇ ਕਿ ਲਾਲ ਸਿੰਘ ਚੱਡਾ ਫਿਲਮ ਦਾ ਬਾਈਕਾਟ ਕੀਤਾ ਜਾਏ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਆਉਣ ਵਾਲੀ 11 ਅਗਸਤ ਨੂੰ ਅਮੀਰ ਖਾਨ ਦੀ ਜਿਹੜੀ ਫਿਲਮ ਆ ਰਹੀ ਏ ਲਾਲ ਸਿੰਘ ਚੱਡਾ ਹੱਥ ਬੰਨ ਕੇ ਬੇਨਤੀ ਵੱਧ ਤੋਂ ਵੱਧ ਸਿਨੇਮੇ ਹਾਲ ਤੇ ਜਾ ਕੇ ਆਪਣੇ ਪਰਿਵਾਰਾਂ ਨਾਲ ਦੇਖੋ ਤੁਹਾਨੂੰ ਪਤਾ ਲੱਗੇ ਸਿੱਖੀ ਸਰੂਪ ਦੇ ਵਿੱਚ ਜਿਹੜਾ ਬੰਦਾ ਨੇ ਰੋਲ ਕੀਤਾ ਹੈ ਉਹ ਸਿੱਖੀ ਦੇ ਕਰੈਕਟਰ ਦੇ ਵਿੱਚ ਕਿੱਥੇ ਤੱਕ ਵੜਿਆ ਤੁਹਾਨੂੰ ਪਤਾ ਲੱਗਣਾ ਚਾਹੀਦਾ ਜਿਹੜੇ-ਜਿਹੜੇ ਲੋਕਾਂ ਨੇ ਸਿੱਖੀ ਦੇ ਖਿਲਾਫ ਪ੍ਰਚਾਰ ਕੀਤੇ ਸਿੱਖ ਧਰਮ ਦੇ ਖਿਲਾਫ ਪ੍ਰਚਾਰ ਕੀਤੇ ਅੱਜ ਉਹੀ ਲੋਕ ਕਹਿੰਦੇ ਪਏ ਨੇ ਇਸ ਫਿਲਮ ਦਾ ਬਾਈਕਾਟ ਕੀਤਾ ਜਾਏ ਤੁਹਾਨੂੰ ਬੇਨਤੀ ਕਿ ਅਸੀਂ ਇੱਕ ਇਹੋ ਜਿਹੀ ਮੁਹਿੰਮ ਚਲਾਈਏ 11 ਤਰੀਕ ਤੋਂ ਬਾਅਦ ਇਸ ਫਿਲਮ ਦਾ ਹਾਊਸਫੁੱਲ ਜਾਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਲੋਕ ਸਿੱਖੀ ਦਾ ਮਜ਼ਾਕ ਕਢਾਉਂਦੇ ਨੇ ਸਿੱਖੇ ਸਰੂਪ ਦੇ ਵਿੱਚ ਨਕਲੀ ਦਾੜੀਆਂ ਲਗਾਉਂਦੇ ਨੇ ਉਹਨਾਂ ਨੂੰ ਵੀ ਅਕਲ ਆ ਜਾਏ ਕਿ ਅੱਗੇ ਤੋਂ ਕਰ ਕੋਈ ਫਿਲਮ ਬਣਾਨੀ ਹੈ ਤੇ ਉਹਦੇ ਵਾਸਤੇ ਪੂਰਨ ਗੁਰਸਿੱਖ ਬਣ ਕੇ ਮੈਦਾਨ 'ਚ ਉਤਰਨਾ ਪਏਗਾ ਦਾੜੀ ਰੱਖਣੀ ਪਏਗੀ ਨਕਲੀ ਦਾੜੀ ਨਹੀਂ ਚੱਲੇਗੀ ਅਸਲੀ ਦਾੜੀ ਤੁਹਾਨੂੰ ਵਧਾਣੀ ਪਏਗੀ ਇਸ ਬੰਦੇ ਨੇ ਮਿਹਨਤ ਕਰਕੇ ਆਪਣੀ ਦਾੜੀ ਨੂੰ ਵਧਾਇਆ ਸਿੱਖੀ ਸਰੂਪ ਦੇ ਵਿੱਚ ਆਇਆ ਉਸ ਤੋਂ ਬਾਅਦ ਜਾ ਕੇ ਲਾਲ ਸਿੰਘ ਛੱਡਾ ਫਿਲਮ ਦੀ ਸ਼ੂਟਿੰਗ ਕੀਤੀ ਤੁਹਾਡੇ ਵਾਸਤੇ ਇਹ ਖੁਸ਼ਖਬਰੀ ਕਿ ਅਗਰ ਅਮੀਰ ਖਾਨ ਨੇ ਫਿਲਮ ਬਣਾਈਏ ਸਿੱਖੀ ਸਰੂਪ ਦੇ ਵਿੱਚ ਬਣਾਈਏ ਸਿੱਖੀ ਸਰੂਪ ਨੂੰ ਨਾ ਕਿ ਸਿੱਖਾਂ ਦਾ ਮਜ਼ਾਕੜਾਣ ਵਾਸਤੇ ਅਸੀਂ ਮਜ਼ਾਕੀਆ ਫਿਲਮਾਂ ਵੀ ਵੇਖਦੇ ਆ ਬਾਈਕਟ ਕਰਨਾ ਤੇ ਅਕਸ਼ੇ ਕੁਮਾਰ ਵਰਗੇ ਦਾ ਕਰੋ ਜਿਹੜਾ ਰਹਿੰਦਾ ਇੱਥੇ ਭਾਰਤ ਦੇਸ਼ 'ਚ ਵੇ ਲੇਕਿਨ ਕਹਿੰਦਾ ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਕੈਨੇਡਾ ਦਾ ਨਾਗਰਿਕਤਾ ਦੇ ਵਿੱਚ ਲੰਘ ਜਾਵਾਂਗਾ ਕੈਨੇਡਾ ਜਾ ਕੇ ਵਸਣ ਦੀਆਂ ਗੱਲਾਂ ਕਰਦਾ ਉਹ ਅਕਸ਼ੇ ਕੁਮਾਰ ਜਿਹੜਾ ਭਾਰਤ ਦਾ ਖਾਂਦਾ ਤੇ ਕੈਨੇਡਾ ਦੇ ਵਿੱਚ ਜਾ ਕੇ ਗੱਲ ਕਰਦਾ ਉਹੋ ਜੇ ਜਦ ਅਕਸ਼ੇ ਕੁਮਾਰ ਵਰਗੇ ਨੂੰ ਜਿਹੜਾ ਸਿੱਖਾਂ ਦੀਆਂ ਨਕਲੀਆਂ ਦਾੜ੍ਹੀਆਂ ਲਗਾ ਕੇ ਸਿੱਖਾਂ ਦਾ ਮਜ਼ਾਕ ਉਡਾਂਦਾ ਇਹੋ ਜੇ ਬੰਦੇ ਦਾ ਬਾਈਕਾਟ ਕੀਤਾ ਜਾਏ ਤੁਹਾਨੂੰ ਬੇਨਤੀ ਆਉਣ ਵਾਲੀ 11 ਤਰੀਕ ਨੂੰ ਅਮੀਰ ਖਾਨ ਦੀ ਲਾਲ ਸਿੰਘ ਛੱਡਾ ਫਿਲਮ ਨੂੰ ਜ਼ਰੂਰ ਵੇਖੀਏ ਵੱਧ ਤੋਂ ਵੱਧ ਵੇਖੀਏ ਸਾਰੇ ਉਹਨੂੰ ਸਪੋਰਟ ਕਰੀਏ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਸਿੱਖੀ ਦੇ ਉੱਤੇ ਫਿਲਮ ਬਣੇਗੀ ਸਿੱਖੀ ਸਰੂਪ ਦੇ ਵਿੱਚ ਬਣੇਗੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਡੇ ਵਿਚਾਰ ਕਿਦਾਂ ਲੱਗੇ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਇੰਡੀਆ ਦੇ ਵਿੱਚ ਇਸ ਟਾਈਮ ਇੱਕੋ ਹੀ ਟ੍ਰੈਂਡ ਚੱਲ ਰਿਹਾ ਵੈ ਕਿ ਆਮਰ ਖਾਨ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਡਾ ਉਹਦਾ ਬਾਈਕਾਟ ਕੀਤਾ ਜਾਵੇ ਲੇਕਿਨ ਕੋਈ ਇਹ ਨਹੀਂ ਦੱਸ ਰਿਹਾ ਕਿ ਕਿਉਂ ਬਾਈਕਾਟ ਕੀਤਾ ਜਾਵੇ ਫਿਲਮ ਹਜੇ ਆਈ ਨਹੀਂ ਹੈ ਕਿਸੇ ਨੂੰ ਪਤਾ ਨਹੀਂ ਹੈ ਉਹਦੇ ਵਿੱਚ ਕੀ ਹੈ ਤੇ ਕੀ ਨਹੀਂ ਹੈ ਤੇ ਫਿਰ ਉਹਦੀ ਬਾਈਕਾਟ ਕਰਨ ਦੀ ਵਜ੍ਹਾ ਕੀ ਹੈ ਕੋਈ ਇਹ ਗੱਲ ਨਹੀਂ ਦੱਸ ਰਿਹਾ ਬਾਈਕਾਟ ਕਰਨ ਦੀ ਵਜ੍ਹਾ ਜਿਹੜੀ ਮੈਨੂੰ ਸਮਝ ਆ ਰਹੀ ਹੈ ਜਿਹੜੀ ਹੈ ਵੀ ਹੈ ਬਿਲਕੁਲ ਹੈ ਵਜ੍ਹਾ ਵੀ ਇਹ ਹੋਈ ਹੈ ਕਿ ਆਮਰ ਖਾਨ ਨੇ ਪੂਰਾ ਸਿੱਖੀ ਦਾ ਰੂਪ ਧਾਰਿਆ ਪੂਰੀ ਉਹਨੇ ਦਾੜੀ ਰੱਖੀ ਹੈ ਪੂਰੀ ਸਿੱਖਾਂ ਤਰ੍ਹਾਂ ਉਹ ਆਪਣੀ ਪੱਗ ਬੰਨਦਾ ਹੈ ਠੀਕ ਹੈ ਪੂਰਾ ਦਾ ਪੂਰਾ ਆਪਣਾ ਉਹ ਹੀ ਉਹਨੇ ਗਿਆਠਾ ਬਣਾਇਆ ਵੈ ਤੇ ਇਹੋ ਜਿਹੜੀ ਹੈ ਸਭ ਤੋਂ ਵੱਡੀ ਤਕਲੀਫ ਹੈ ਕਿ ਜਨਾਬ ਜਿਹੜੇ ਸਿੱਖ ਹੈ ਇਸ ਤਰ੍ਹਾਂ ਪ੍ਰਮੋਟ ਹੋਣਗੇ ਜਿਹੜੇ ਸਿੱਖ ਨੌਜਵਾਨ ਹੈ ਉਹ ਸਿੱਖੀ ਤੋਂ ਜਿਹੜੇ ਦੂਰ ਜਾਣਦੇ ਆ ਉਹ ਸਿੱਖੀ ਦੇ ਨਾਲ ਜੁੜ ਜਾਣਗੇ ਜਿਹੜਾ ਕਿ ਜਿਹੜਾ ਦੁਸ਼ਮਣ ਹੈ ਉਹ ਚਾਹੁੰਦੇ ਆ ਕਿ ਸਿੱਖ ਪਾੜ ਜਾਣ ਦੂਰ ਹੋ ਜਾਣ ਸਿੱਖੀ ਤੋਂ ਦੂਰ ਹੋ ਜਾਣ ਤਾਂ ਕਿ ਉਹਨਾਂ ਨੂੰ ਮੌਕਾ ਮਿਲ ਜਵੇ ਉਹਨਾਂ ਦੇ ਹਮਲਾ ਕਰਨ ਦਾ ਇਸੇ ਕਰਕੇ ਇਸ ਫਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਮੈਨੂੰ ਦੱਸੋ ਗੱਲ ਕਿ ਜਿਹੜੀਆਂ ਫਿਲਮਾਂ ਦੇ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਕੋਈ ਇਹੋ ਜਿਹਾ ਕਿਰਦਾਰ ਦਿੱਤਾ ਜਾਂਦਾ ਜਿਹਦੇ ਵਿੱਚ ਸਿੱਖਾਂ ਨੂੰ ਮਜ਼ਾਕ ਉੱਡੇ ਉਹਨਾਂ ਦਾ ਤਨਜ਼ੀਆ ਹੋਵੇ 네ਗੇਟਿਵ ਰੋਲ ਦਿੱਤਾ ਜਾਂਦਾ ਉਹ ਤੇ ਕਿਸੇ ਨੇ ਕਦੀ ਬਾਈਕਾਟ ਨਹੀਂ ਕੀਤਾ ਕਿ ਯਾਰ ਇਸ ਫਿਲਮ ਦਾ ਬਾਈਕਾਟ ਕਰਨਾ ਚਾਹੀਦਾ ਹੈ ਕਿ ਸਿੱਖੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਉਹਨਾਂ ਸਾਰੇ ਫਿਲਮਾਂ ਨੂੰ ਦੇਖਦੇ ਆ ਪ੍ਰਮੋਟ ਕਰਦੇ ਆ ਲੇਕਿਨ ਜਿਸ ਫਿਲਮ ਦੇ ਵਿੱਚ ਸਿੱਖਾਂ ਨੂੰ ਹੀਰੋ ਦਿਖਾਇਆ ਜਾ ਰਿਹਾ ਚੰਗਾ ਕਿਰਦਾਰ ਦਿਖਾਇਆ ਜਾ ਰਿਹਾ ਉਹਦੇ ਵਿੱਚ ਹਰ ਇੱਕ ਨੂੰ ਤਕਲੀਫ ਹੋ ਰਹੀ ਹੈ ਹਰ ਕੋਈ ਇਹ ਹੀ ਕਹਿ ਰਿਹਾ ਕਿ ਦਾ ਬਾਈਕਾਟ ਕੀਤਾ ਜਾਵੇ ਇਹ ਬਾਈਕਾਟ ਕਰਨ ਦੀ ਵਜ੍ਹਾ ਸਿਰਫ ਸਿੱਖੀ ਨਾਲ ਦਸ਼ਮਣੀ ਹੈ ਜਿਹੜੇ ਲੋਗੋ ਨੂੰ ਪਸੰਦ ਨਹੀਂ ਕਰਦੇ ਉਹੀ ਇਸ ਚੀਜ਼ ਦਾ ਕਹਿ ਰਹੇ ਹੈ ਸਿੱਖ ਜਿਹੜੇ ਹੈ ਕਾਫੀ ਸਿੱਖਾਂ ਦੇ ਵੀ ਮੈਂ ਸੁਣ ਰਿਹਾ ਸੀ ਇੰਟਰਵਿਊ ਉਹ ਵੀ ਇਹ ਕਹਿ ਰਹੇ ਹੈ ਕਿ ਜੀ ਇਹਦਾ ਬਾਈਕਾਟ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਸਿੱਖਾਂ ਦੇ ਵਿੱਚ ਢੜੇ ਬੰਨੀਆਂ ਬਨ ਰਹੀਆਂ ਮੈਂ ਉਹਦੀ ਇਹੀ ਵਜ੍ਹਾ ਹੈ ਕਿ ਸਿੱਖੀ ਤੋਂ ਦੂਰ ਹੋ ਹੀ ਜਾ ਰਹੇ ਹੈ ਤੇ ਢੜੇ ਬੰਨੀਆਂ ਬਣ ਜਾ ਰਹੀਆਂ ਵਾ ਇੱਕ ਦੂਸਰੇ ਦੇ ਖਿਲਾਫ ਹੋ ਜਾ ਰਿਹਾ ਸਿੱਖਾਂ ਨੂੰ ਚਾਹੀਦਾ ਵੈ ਕਿ ਆਪਣੀ ਬਕਾ ਦੀ ਖਾਤਰ ਇਕੱਠੇ ਹੋਣ ਇੱਕ ਮੋਠੋ ਕੇ ਰਹਿਣਗੇ ਤੇ ਫੇਰੀ ਜਿਹੜੇ ਬਾਕੀ ਦੁਸ਼ਮਣ ਹੈ ਜਿਹੜੇ ਉਹਨਾਂ ਨੂੰ ਸੜਦੇ ਆ ਜਿਹੜਾ ਉਹਨੂੰ ਖਤਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਮਟੋਣਾ ਚਾਹੁੰਦੇ ਆ ਉਹਨਾਂ ਦਾ ਮੁਕਾਬਲਾ ਕਰ ਸਕਣਗੇ ਤੇ ਸਿੱਖਾਂ ਨੂੰ ਚਾਹੀਦਾ ਵੈ ਕਿ ਇਸ ਫਿਲਮ ਨੂੰ ਦੇਖਣ ਜ਼ਿਆਦਾ ਜ਼ਿਆਦਾ ਸਪੋਰਟ ਕਰਨ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਚਲੇਗਾ ਨਾ ਕਿ ਫਿਲਮ ਦੇ ਵਿੱਚ ਕੀ ਹੈ ਕੀ ਬੁਰਾਈ ਹੈ ਅਗਰ ਫਿਲਮ ਬੁਰੀ ਹੋਵੇ ਤੇ ਉਹਦਾ ਬਾਈਕਾਟ ਕੀਤਾ ਜਾਵੇ ਇਹ ਜੇ ਅਗਰ ਚੰਗੀ ਫਿਲਮ ਹੈਗੀ ਹੈ ਤੇ ਫਿਰ ਉਹਨੂੰ ਸਪੋਰਟ ਕਰਨਾ ਚਾਹੀਦਾ ਫਿਲਮ ਅਜੇ ਆਈ ਨਹੀਂ ਕਿਸੇ ਨੂੰ ਪਤਾ ਨਹੀਂ ਕੀ ਹੈ ਤੇ ਬਸ ਦਾ ਬਾਈਕਾਟ ਕਰਦੇ ਹੋ ਬਾਈਕਾਟ ਕਰਦੇ ਹੋ ਕਿਉਂ ਕਰਦੇ ਹੋ ਕਮੈਂਟ ਕਰਕੇ ਆਪਣੀ ਰਾਏ ਤੋਂ ਮੈਨੂੰ ਲਾਜ਼ਮੀ ਅਗਾ ਕਰਨਾ ਕਿ ਤੁਹਾਨੂੰ ਟਾੜੀ ਦੇ ਬਾਰੇ ਕੀ ਰਾਏ ਹੈ ਤੁਹਾਡੀ ਕੀ ਸੋਚ ਹੈ ਕਿ ਇਸ ਫਿਲਮ ਦਾ ਬਾਈਕਾਟ ਹੋਣਾ ਚਾਹੀਦਾ ਜਾਂ ਕਿ ਇਸ ਫਿਲਮ ਨੂੰ ਚੱਲਣਾ ਚਾਹੀਦਾ